ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਿਆਹ ਦਾ ਦਿਨ ਆ ਹੀ ਗਿਆ, ਪੰਛੀ ਤਾਂ ਆਏ ਨਹੀਂ ਵੈਸੇ, ਹਾਲੇ ਆਏ ਸੀ, ਮੈਂ ਝਾੜੂ ਲਾਉਂਦੀ ਸੀ ਉੱਡ ਕੇ, ਦੇਖੋ ਕਿੰਨਾ ਗਾਹ ਪਿਆ ਪਿਆ, ਹਾਲੇ ਸਾਰੀ ਸਫਾਈ ਕਰਨੀ, ਬਹੁਤ ਗੰਦਾ ਲੱਗਦਾ। ਕੱਲ੍ਹ ਸ਼ੋਪਿੰਗ ਕਰਕੇ ਬਹੁਤ ਥੱਕ ਗਏ ਸੀ, ਅੱਜ ਕਬੂਤਰਾਂ ਦੀ ਬਾਜੀ ਲੱਗਦੀ ਹੈ। ਕੱਲ੍ਹ ਸ਼ੋਪਿੰਗ ਕਰਕੇ ਬਹੁਤ ਥੱਕ ਗਈ ਸੀ, ਇਸ ਲਈ ਰਾਤ ਬਹੁਤ ਨੀਂਦ ਆਈ। ਨੀਂਦ ਦੇ ਵਿੱਚ ਮੈਂ ਮਹਿੰਦੀ ਵੀ ਓਰੀਓ ਲਵਾਈ ਆ, ਵੈਸੇ 15 ਕੁ ਮਿੰਟ ਰੱਖੀ ਅੱਜ, ਫਿਰ ਵੀ ਚੜ ਗਈ। ਦੇਖਦੇ ਹਾਂ ਹੁਣ ਹੋਰ ਕਿੰਨਾ ਕੁ ਗੂੜਾ ਰੰਗ ਆਉਂਦਾ ਇਹਦਾ। ਪਹਿਲਾਂ ਹੁਣ ਆਪਾਂ ਸਫਾਈ ਕਰ ਲਈਏ, ਫਿਰ ਉਸ ਤੋਂ ਬਾਅਦ ਕਰਦੇ ਹਾਂ ਜਾਣ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਜਸ਼। ਅਤੇ ਵਿਆਹ ਦੇ ਪਹਿਲੇ 2 ਪਾਰਟ ਪਾਏ ਸੀਗੇ, ਇੱਕ ਮਹਿੰਦੀ ਦਾ ਪਹਿਲਾ ਪਾਰਟ ਅਤੇ ਦੂਜਾ ਕੱਲ੍ਹ ਪਾਇਆ ਸੀਗਾ। ਅਤੇ ਅੱਜ ਵਿਆਹ ਚੱਲੇ ਸੀਗੇ ਅਤੇ ਉਹਦੇ ਵਾਸਤੇ ਮੈਂ ਤਾਂ 2 ਘੰਟੇ ਹੋ ਗਏ ਮੈਨੂੰ ਤਿਆਰ ਹੋਏ ਨੂੰ, ਅਤੇ ਪਤਾ ਹੀ ਆ ਫਿਰ ਇੱਧਰ ਵੱਧ ਟਾਈਮ ਹੋ ਜਾਂਦਾ ਥੋੜ੍ਹਾ ਜਿਹਾ। ਵਿਆਹ ਜਾਣ ਤੋਂ ਪਹਿਲਾਂ ਫੋਟੋਆਂ ਖਿੱਚੀਆਂ ਜਾ ਰਹੀਆਂ ਅਤੇ ਅਸੀਂ ਇੰਤਜ਼ਾਰ ਕਰ ਰਹੇ ਹਾਂ। ਧੁੱਪ ਦੇਖੋ ਕਿੰਨੀ ਚੜ ਗਈ, ਅਜੇ ਦਿਖਦੀ ਵੀ ਨਹੀਂ ਹੋਣੀ। ਇੱਥੇ ਵਲ ਪੈ ਗਏ ਮੇਰੇ ਕੱਪੜਿਆਂ 'ਚ, ਚਲੋ ਹੁਣ ਲੈ ਨੇ ਵੀ ਜੀਨ ਪਾਈ ਹੋਈ ਆ ਗੰਦੂ ਨੇ, ਉਹ ਗੰਦੂ ਹਾਂ ਵਾਲ ਕਟਾ ਕੇ ਆਇਆ ਕੱਲ੍ਹ। ਤੈਂ ਵੀ ਜਾਣਾ ਵਿਆਹ ਹੈ, ਦੱਸ ਮੈਨੂੰ ਤੈਂ ਵੀ ਜਾਣਾ, ਇਹਨੇ ਵੀ ਜਾਣਾ। ਸੜੀ ਉਹਨਾਂ ਨਾਲ ਜਾਵਾਂਗੇ ਆਪਾਂ ਵਿਆਹ 'ਚ। ਹੈਲੋ ਓਏ, ਹੈਲੋ ਕਰਦੇ ਭਲਵਾਨੀਆਂ ਕਰਦਾ, ਇਹ ਹਟਦਾ ਨਹੀਂ ਹੈ, ਉਹ ਦੇ ਲਾਲਾਂ ਸਿੱਟਦਾ ਹੁਣ ਵੀ ਕੰਤੂ। ਤੂੰ ਕਰਨੀ ਹੈ ਤੈਨੂੰ ਭਲਵਾਨੀ, ਦੇਖ ਲਾ ਹਰਾ ਦੇਣਾ ਇਹਨੇ ਤੈਨੂੰ। ਮੈਨੂੰ ਤਾਂ ਨੀਂਦ ਵੀ ਆਉਣ ਲੱਗ ਗਈ, ਕਾਹਦਾ ਵਿਆਹ ਤੇ ਜਾਣਾ, ਮੈਂ ਤਾਂ ਕੱਪੜੇ ਵੀ ਸਾਰੇ ਬੜਾ ਨਾ ਭਰਪੂਰ ਹੋ ਗਏ ਤੇ ਨੀਂਦ ਵੀ ਆਉਣ ਲੱਗ ਗਈ। ਮਾਸੜੀ ਹੋਣੀ ਅੱਜ ਸਾਨੂੰ ਸਪੈਸ਼ਲ ਵਿਆਹ ਦਿਖਾ ਕੇ ਲਿਆਉਣਗੇ, ਕਹਿੰਦੇ ਸਾਡੇ ਨਾਲ ਚੱਲੋ ਵਿਆਹ। ਅੱਜ ਚੱਲੀਏ ਆਹੀ ਤਾਂ ਮੈਂ ਰੋਕਣਾ, ਫਿਰ ਫੋਨ ਕਰਨਾ ਪਿਨੀਤਾ ਜੀ, ਕਹਿੰਦੀ ਉਹਨਾਂ ਨੂੰ ਲਿਓ ਪਹਿਲਾਂ ਜਾ ਕੇ। ਤੂੰ ਆ ਜਾ ਚਲੋ ਜੀ, ਇੱਥੇ ਸਹੀ ਕੰਮ ਹੈ ਯਾਰ ਪੈਲਸ ਆਉਣਾ, ਉਹ ਖੁੱਲ੍ਹਾ ਡੁੱਲਾ ਹੈ ਨਾ। ਮੇਰੀ ਨਿਗਾਹ ਹਮੇਸ਼ਾ ਇੱਥੇ ਹੁੰਦੀ ਆ, ਛੋਟੇ ਛੋਟੇ ਬੱਚੇ ਹੁੰਦੇ ਆ ਮੇਰੇ ਜ਼ਿਆਦਾ ਦੋਸਤ ਇੰਨੀ ਉਮਰਾਂ ਦੇ, ਹੈ ਨਾ। ਕਿੱਥੇ ਇੱਥੇ ਕੰਮ ਵਧੀਆ ਖੁੱਲ੍ਹਾ ਡੁੱਲਾ, ਠੰਡਾ ਹੈ ਵੈਸੇ ਵੀ ਇਹ। ਮੰਮੀ ਦੇਖ, ਮੰਮੀ ਉਹ ਜਾ ਕੇ ਬਹਿ ਗਈ।
ਤੁਸੀਂ ਕਹੋਗੇ ਵਿਆਹ 'ਚ ਆ ਗਏ ਤਾਂ ਕੁਛ ਖਿਲਾਇਆ ਨਹੀਂ, ਆ ਲਓ ਮੇਰੇ ਝੂਠਾ ਖਾ ਲਓ। ਗੰਦੂ ਤੂੰ ਵੀ ਖਾ ਲਓ, ਲੱਤਾਂ ਮਾਰਨ ਲੱਗਿਆ ਹੋਇਆ ਓਏ ਆੜੀ। ਕਿੰਨੇ ਕੁ ਪੈਰ ਹੈ, ਬਾਏ 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 ਬਾਏ। ਆ ਮੇਰਾ ਦੋਸਤ ਓਏ ਛੜੇ ਛੜੇ, ਬਾਅਦ 'ਚ ਦਿਖਾਉਣਾ ਓਏ। ਇੰਨਾ ਗੁੱਸਾ ਹੋਏ 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 ਹੋਏ, ਇਹਦੇ ਪਾਏ ਸਭ ਟੋੜੇ ਛੋੜੇ ਕਾਕੇ ਉਹ। ਆਹ ਚੀਜ਼ ਤਬਲਾ ਵਜਾਉਣ ਨੂੰ ਵਧੀਆ ਹੈ ਨਾ। ਮਿੰਦੂ ਮਿੰਦੂ ਕੱਦਾ ਪੇਂਟ ਕਰ ਰਿਹਾ ਇਹਨੂੰ, ਨਾ ਤਾਂ ਟਿੱਕੀ ਮਿਲ ਰਹੀ ਹੈ ਅਤੇ ਨਾ ਹੀ ਗੋਲ ਗੱਪੇ। ਮੱਖੀਆਂ ਤੂੰ ਆਹੋ, ਅੰਗੂਰ ਖੱਟੇ ਹੈ। ਵੈਸੇ ਤਾਂ ਮੈਂ ਇਹ ਚੀਜ਼ਾਂ ਘੱਟ ਖਾਂਦਾ ਪਰ ਵਿਆਹ 'ਚ ਥੋੜ੍ਹਾ ਬਹੁਤਾ ਚੱਲ ਜਾਂਦਾ। ਤੂੰ ਵੀ ਘੱਟੇ ਖਾਂਦਾ ਇਹ ਚੀਜ਼ਾਂ ਹੈ ਨਾ, ਘੱਟੇ ਖਾਂਦਾ ਤੂੰ ਤਾਂ। ਹਾਂ ਘੱਟੇ ਖਾਂਦਾ ਬਸ, ਪੰਜਵੀਂ ਪਲੇਟ ਹੋਰ ਖਾ ਲਈ ਬਸ ਇੱਕ। ਸਾਰੇ ਆਪਣੀ ਆਪਣੀ ਮਸਤੀ 'ਚ ਲੱਗੇ ਹੋਏ ਆ, ਇਹਨਾਂ ਨੂੰ ਆਪਣੀ ਮਸਤੀ ਚੜ੍ਹੀ ਹੋਈ ਆ, ਇਹਨਾਂ ਨੂੰ ਲੈ ਦੀ ਖੇਲ ਸੱਜੀ ਹੋਈ ਆ। Thank you.
ਚੰਗਾ ਜੀ, ਹੁਣ ਘਰ ਨੂੰ ਚੱਲੀਏ।